ਹਾਂਜੀ ਸਤਿ ਸ੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਹਰਮਨ ਚੀਮਾ, ਵਰਲਡ ਵਾਈਡ ਫੇਮਸ। ਸੋ ਕੁਛ ਕਾਰਨਾਂ ਕਰਕੇ ਆਪਣਾ ਗਾਣਾ ਰਿਲੀਜ਼ ਡੇਟ ਚੱਲ ਗਈ ਸੀ ਜੀ, ਆਪਣਾ ਕਲਾਕਾਰੀ ਗਾਣੇ ਦੀ ਜੀ। ਸੋ ਹੁਣ ਆਪਣਾ ਗਾਣਾ ਫਾਈਨਲੀ 13 ਸਤੰਬਰ ਨੂੰ ਰਿਲੀਜ਼ ਹੋ ਰਿਹਾ ਜੀ। ਸੋ ਉਮੀਦ ਕਰਦਾ ਕਿ ਸਾਰੇ ਜਣੇ ਪਸੰਦ ਕਰੋਗੇ। ਸੋ ਸਾਡੀ ਸਾਰੀ ਟੀਮ, ਅਕਸ਼ੇ ਜਨੇਜਾ, ਮੇਰੇ ਵੱਡੇ ਭਾਜੀ ਗੋਲਡਨ ਸੰਗੇੜਾ ਵੀਰ ਜੀ, ਸਾਡੇ ਬਿਗ ਬਰੋ ਇੰਦਰ ਮੰਡੋਰੀ ਭਾਜੀ, ਸੋ ਮੇਰੇ ਵੀ ਮੇਰਾ ਵੱਡਾ ਵੀਰ ਰੈਂਡੀ ਜੇ, ਤੇ ਸਾਰੇ ਜਿੰਨੇ ਵੀ ਆ ਮੇਰੇ, ਜਿਨ੍ਹਾਂ ਨੇ ਮੇਰਾ ਨਗਰ ਹੇਅਰ ਸਟਾਈਲ ਵਾਲੇ ਸਨੀ ਭਾਜੀ, ਸੋ ਸਾਰਿਆਂ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਜੀ। ਸੋ ਥੈਂਕ ਯੂ ਸੋ ਮਚ। ਮੈਨੂੰ ਇੱਕ ਗੱਲ ਹੋਰ ਪਤਾ ਲੱਗੀ ਹੈ ਕਿ ਜਗਦੀਪ ਰੰਧਾਵੇ ਵੀਰ ਨੇ ਵੀ ਆਪਣਾ ਗਾਣਾ ਰਿਲੀਜ਼ ਕਰ ਰਿਹਾ, ਉਹਦਾ ਵੀ ਗਾਣਾ ਆ ਰਿਹਾ ਜੀ ਰਡਾਰ। ਸੋ ਮੈਨੂੰ ਕਾਫੀ ਟਾਈਮ ਤੋਂ ਕਹਿ ਰਿਹਾ ਸੀ ਕਿ ਲੜਾਈਆਂ ਨਹੀਂ ਕਰੀ ਦੀ ਹੁੰਦੀ ਇੰਡਸਟਰੀ ਦੇ ਵਿੱਚ, ਕਿ ਮੋਟਰਾਂ ਤੇ ਬੈਠ ਕੇ ਇੰਡਸਟਰੀ ਚ ਕੰਮ ਨਹੀਂ ਹੁੰਦਾ, ਪਿੰਡਾਂ ਤੋਂ ਸ਼ਹਿਰ ਆਉਣਾ ਪੈਂਦਾ ਆ। ਸੋ ਮੈਂ ਵੀ ਤੁਹਾਡੇ ਵਾਲੀ ਜਗ੍ਹਾ ਤੇ ਨਿਕਲ ਗਿਆ ਆ। ਸੋ ਤੁਹਾਨੂੰ ਇੰਡਸਟਰੀ ਦੇ ਵਿੱਚ ਕੰਮ ਕਰਨਾ ਚਾਹੀਦਾ ਆ। ਸੋ ਥੈਂਕ ਯੂ ਸੋ ਮਚ ਮੇਰੇ ਜਿੰਨੇ ਵੀ ਫੈਨਸ, ਆਸਟ੍ਰੇਲੀਆ, ਕੈਨੇਡਾ, ਨਿਊਯਾਰਕ, ਮੈਲਬੋਰਨ, ਟੋਰਾਂਟੋ, ਥਾਈਲੈਂਡ, ਓਨਟਾਰੀਓ, ਯੂਨਾਈਟਿਡ ਕਿੰਗਡਮ, ਲੰਡਨ, ਪੈਰਿਸ, ਫਰਾਂਸ ਵਾਲਿਆਂ ਨੂੰ, ਮੰਗੋਲੀਆ ਹੋ ਗਿਆ, ਬ੍ਰਾਜ਼ੀਲ ਹੋ ਗਿਆ, ਤੇ ਪੇਰੂ ਵਾਲਿਆਂ ਨੂੰ, ਸਾਰਿਆਂ ਨੂੰ ਨਵੀਆਂ ਕੰਟਰੀਆਂ ਦੇ ਨਾਲ ਜੁੜੀ ਜਾਂਦੇ ਨੇ ਜੀ। ਸੋ ਸਾਰੇ ਫੋਨਸ ਵਗੈਰਾ ਆਉਂਦੇ ਰਹਿੰਦੇ ਆ। ਸੋ ਮੇਰੀ ਜਗਦੀਪ ਰੰਧਾਵੇ ਨੂੰ ਰਿਕੁਐਸਟ ਆ ਕਿ ਵੀ ਇਹਦੇ ਇੰਡਸਟਰੀ ਦੇ ਵਿੱਚ ਦਿਲ ਲਗਾ ਕੇ ਕੰਮ ਕਰੇਗਾ ਤਾਂ ਤੈਨੂੰ ਵਧੀਆ ਟੂਰ ਮਿਲਣਗੇ, ਬਾਹਰ ਦੇ ਟੂਰ ਮਿਲਣਗੇ। ਹੁਣ ਮੈਨੂੰ ਬਾਹਰ ਦੇ ਟੂਰ ਮਿਲ ਰਹੇ ਆ। ਸੋ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਲੋਕਾਂ ਨੇ, ਮੈਂ ਗਾਣੇ ਕੀਤੇ ਆ, ਵਧੀਆ ਕੀਤਾ ਕੰਮ। ਸੋ ਉਮੀਦ ਕਰਦਾ ਸਾਰੇ ਜਣੇ ਪਸੰਦ ਕਰੋਗੇ। ਲਵ ਯੂ ਆਲ, ਥੈਂਕ ਯੂ ਸੋ ਮਚ।